ਬਹੁਤ ਸਾਰੇ ਲੋਕ ਤੇ ਬਹੁਤ ਸਾਰੇ ਸਿੱਖ ਵੀ ਇਹ ਸਮਝਦੇ ਹਨ ਕਿ ਭਾਰਤੀ ਫੌਜ ਵੱਲੋਂ ਸਿਰਫ 1984 ਵਿੱਚ ਸ਼੍ਰੀ ਦਰਬਾਰ ਸਾਹਿਬ ਤੇ ਸ਼੍ਰੀ ਅਕਾਲ ਤਖਤ ਸਾਹਿਬ ਉੱਤੇ ਹਮਲਾ ਕੀਤਾ ਗਿਆ ਸੀ। ਸਰਕਾਰੀ ਪ੍ਰੋਪੇਗੈਂਡਾ ਹੋਣ ਕਰਕੇ ਬਹੁਤ ਸਾਰੇ ਲੋਕ ਇਸ ਦਾ ਕਾਰਨ ਇਹ ਸਮਝਦੇ ਹਨ ਕਿ ਸਰਕਾਰ ਨੇ ਉਸ ਸਮੇਂ ਸ਼੍ਰੀ ਦਰਬਾਰ ਸਾਹਿਬ ਉੱਤੇ ਹਮਲਾ ਇਸ ਕਰਕੇ ਕੀਤਾ ਸੀ ਕਿਉਂਕਿ ਸ਼੍ਰੀ ਦਰਬਾਰ ਸਾਹਿਬ ਕੰਪਲੈਕਸ ਵਿੱਚ ਸੰਤ ਜਰਨੈਲ ਸਿੰਘ ਭਿੰਡਰਾਂ ਵਾਲੇ ਆਪਣੇ ਸਾਥੀਆਂ ਨਾਲ ਰਹਿੰਦੇ ਸਨ, ਜੋ ਕਿ ਦੇਸ਼ ਦੀ ਏਕਤਾ ਤੇ ਅਖੰਡਤਾ ਨੂੰ ਤੋੜ ਕੇ ਇੱਕ ਵੱਖਰੇ ਮੁਲਕ ਦੀ ਮੰਗ ਕਰ ਰਹੇ ਸਨ। ਇਸ ਦੇਸ਼ ਵਿਰੋਧੀ ਕਾਰਵਾਈ ਦਾ ਕਰਕੇ ਅਤੇ ਸੰਤ ਭਿੰਡਰਾਂ ਵਾਲਿਆਂ ਨੂੰ ਸ਼੍ਰੀ ਦਰਬਾਰ ਸਾਹਿਬ ਕੰਪਲੈਕਸ ਚੋਂ ਕੱਢਣ ਲਈ ਸਰਕਾਰ ਨੂੰ ਸ਼੍ਰੀ ਦਰਬਾਰ ਸਾਹਿਬ ਉੱਤੇ ਹਮਲਾ ਕਰਨਾ ਪਿਆ। ਪਰ ਕੀ ਕੋਈ ਦੱਸ ਸਕਦਾ ਹੈ ਕਿ ਫਿਰ ਭਾਰਤ ਦੀ ਸਰਕਾਰ ਨੇ 4-5 ਜੁਲਾਈ 1955 ਨੂੰ ਸ਼੍ਰੀ ਦਰਬਾਰ ਸਾਹਿਬ ਉੱਤੇ ਹਮਲਾ ਕਿਉਂ ਕੀਤਾ ਸੀ? ਉਸ ਸਮੇਂ ਕਿਹੜੀ ਦੇਸ਼ ਵਿਰੋਧੀ ਕਾਰਵਾਈ ਹੋ ਰਹੀ ਸੀ ਕਿ ਭਾਰਤੀ ਫੌਜ ਅਤੇ ਪੁਲਿਸ ਜੁੱਤੀਆਂ ਸਣੇ ਸ਼੍ਰੀ ਦਰਬਾਰ ਸਾਹਿਬ ਅੰਦਰ ਦਾਖਲ ਹੋਈ ਸੀ? ਉਸ ਸਮੇਂ ਤਾਂ ਸੰਤ ਭਿੰਡਰਾਂ ਵਾਲੇ ਅਜੇ 8 ਕੁ ਸਾਲਾਂ ਦੇ ਸਨ। ਫਿਰ ਭਾਰਤੀ ਫੌਜ ਨੇ ਸ਼੍ਰੀ ਦਰਬਾਰ ਸਾਹਿਬ ਉੱਤੇ ਹਮਲਾ ਕਿਉਂ ਕੀਤਾ? ਅੱਜ ਅਸੀਂ ਫੋਲਾਂਗੇ ਉਸ ਅਣਛੋਹੇ ਸਿੱਖ ਇਤਿਹਾਸ ਦੇ ਪੰਨੇ ਜਿਸ ਉੱਤੇ ਸਿੱਖ ਜਗਤ ਨੇ ਬਹੁਤ ਘੱਟ ਨਿਗਾਹ ਮਾਰੀ ਹੈ। ਇਸ ਦੇਸ਼ ਨੂੰ ਆਜ਼ਾਦ ਕਰਵਾਉਣ ਲਈ ਸਿੱਖ ਕੌਮ ਨੇ ਬਹੁਤ ਕੁਰਬਾਨੀਆਂ ਕੀਤੀਆਂ ਨੇ। ਆਪਣੇ ਆਪ ਨੂੰ ਵੱਡੇ ਲੀਡਰ ਅਖਵਾਉਣ ਵਾਲੇ ਗਾਂਧੀ ਤੇ ਨਹਿਰੂ ਵਰਗਿਆਂ ਨੇ ਸਿੱਖ ਕੌਮ ਨਾਲ ਵਾਅਦਾ ਕੀਤਾ ਸੀ ਕਿ ਉਹ ਸਿੱਖ ਕੌਮ ਨੂੰ ਆਜ਼ਾਦੀ ਤੋਂ ਬਾਅਦ ਉੱਤਰ ਭਾਰਤ ਵਿੱਚ ਵੱਖਰਾ ਸਿੱਖ ਖਿੱਤਾ ਦਿੱਤਾ ਜਾਵੇਗਾ। ਆਜ਼ਾਦੀ ਤਾਂ ਮਿਲ ਗਈ, ਪਰ ਇਹ ਲੀਡਰ ਆਪਣੇ ਵਾਅਦੇ ਤੋਂ ਮੁੱਕਰ ਗਏ। ਇਸ ਦੇ ਲਈ ਸਿੱਖ ਕੌਮ ਨੇ ਪੰਜਾਬੀ ਸੂਬਾ ਮੋਰਚਾ ਸ਼ੁਰੂ ਕਰ ਦਿੱਤਾ। ਇਸ ਮੋਰਚੇ ਨੂੰ ਦਬਾਉਣ ਲਈ ਸਰਕਾਰ ਨੇ ਕਈ ਹੱਥ ਕੰਡੇ ਅਪਣਾਏ, ਪਰ ਸਫਲ ਨਾ ਹੋ ਸਕੀ। ਅਖੀਰ ਜਲੰਧਰ ਡਿਵੀਜ਼ਨ ਦੇ DIG ਮਹਾਸ਼ਾ ਅਸ਼ਵਨੀ ਕੁਮਾਰ ਨੇ ਸਰਕਾਰ ਤੋਂ ਹੁਕਮ ਲੈ ਕੇ 4 ਤੋਂ 9 ਜੁਲਾਈ ਤੱਕ ਸਿੱਖ ਵਿਰੋਧੀ ਕਾਰਵਾਈ ਕੀਤੀ, ਜਿਸ 'ਚ ਸ਼੍ਰੀ ਦਰਬਾਰ ਸਾਹਿਬ ਉੱਤੇ ਹਮਲਾ ਕੀਤਾ ਗਿਆ। ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਅਸ਼ਰ ਸਿੰਘ ਤੇ ਹੋਰ ਸ਼੍ਰੋਮਣੀ ਕਮੇਟੀ ਦੇ ਮੈਂਬਰ ਤੱਕ ਗ੍ਰਿਫਤਾਰ ਕੀਤੇ ਗਏ। ਪੁਲਿਸ ਦੇ ਨਾਲ ਨਾਲ ਭਾਰਤੀ ਫੌਜ ਦੀ ਇੱਕ ਟੁਕੜੀ ਵੀ ਵਰਤੀ ਗਈ। ਦਰਬਾਰ ਸਾਹਿਬ ਕੰਪਲੈਕਸ ਵਿੱਚ ਪੁਲਿਸ ਜੁੱਤੀਆਂ ਸਣੇ ਦਾਖਲ ਹੋਈ। ਦਰਬਾਰ ਸਾਹਿਬ ਕੰਪਲੈਕਸ ਵਿੱਚ ਹੰਝੂ ਗੈਸ ਗੋਲੇ ਦਾਗੇ ਗਏ ਤੇ ਗੋਲੀਆਂ ਵੀ ਚਲਾਈਆਂ ਗਈਆਂ। ਸਿੱਖ ਸੰਗਤ ਤੇ ਲਾਠੀਚਾਰਜ ਕੀਤਾ ਗਿਆ। ਲੰਗਰ ਹਾਲ, ਮੰਜੀ ਸਾਹਿਬ, ਗੁਰਦੁਆਰਾ ਅਟਲ ਰਾਏ, ਗੁਰੂ ਰਾਮਦਾਸ ਸਰਾਂ ਆਦਿ ਥਾਵਾਂ ਉੱਤੇ ਪੁਲਿਸ ਨੇ ਕਬਜ਼ਾ ਕੀਤਾ। ਸ਼੍ਰੀ ਅਕਾਲ ਤਖਤ ਸਾਹਿਬ ਵੱਲ ਵੀ ਗੋਲੀਆਂ ਚਲਾਈਆਂ ਗਈਆਂ। ਇੱਥੋਂ ਤੱਕ ਕਿ ਸਿੱਖ ਸੰਗਤ ਨੂੰ ਕੜਾਹ ਪ੍ਰਸ਼ਾਦ ਤੇ ਰੋਟੀਆਂ ਤੱਕ ਅੰਦਰ ਲਿਜਾਣ ਉੱਤੇ ਪਾਬੰਦੀ ਲਗਾ ਦਿੱਤੀ ਗਈ। ਸਰਕਾਰੀ ਹੁਕਮਾਂ ਤੇ ਪੁਲਿਸ ਤੇ ਫੌਜ ਦੀ ਇਹ ਕਾਰਵਾਈ 3 ਤੋਂ 4 ਦਿਨ ਲਗਾਤਾਰ ਜਾਰੀ ਰਹੀ, ਜਿਸ 'ਚ 200 ਤੋਂ ਵਧੇਰੇ ਸੰਗਤ ਸ਼ਹੀਦ ਹੋਈ ਤੇ ਹਜ਼ਾਰਾਂ ਦੀ ਗਿਣਤੀ ਵਿੱਚ ਸੰਗਤ ਜ਼ਖਮੀ ਹੋਈ। ਜਿਹੜੇ ਸਿੱਖਾਂ ਨੂੰ ਇਹ ਭੁਲੇਖਾ ਹੈ ਕਿ ਸੰਤ ਭਿੰਡਰਾਂ ਵਾਲੇ ਗਲਤ ਸਨ ਤੇ ਉਹਨਾਂ ਨੂੰ ਖਤਮ ਕਰਨ ਲਈ ਤੇ ਸ਼੍ਰੀ ਦਰਬਾਰ ਸਾਹਿਬ ਦੀ ਪਵਿੱਤਰਤਾ ਬਰਕਰਾਰ ਰੱਖਣ ਲਈ ਭਾਰਤ ਸਰਕਾਰ ਨੇ ਆਪਣੀ ਫੌਜ ਭੇਜੀ ਸੀ, ਕੀ ਉਹ ਦੱਸ ਸਕਣਗੇ ਕਿ 1955 ਵਿੱਚ ਭਾਰਤ ਸਰਕਾਰ ਨੇ ਆਪਣੀ ਪੁਲਿਸ ਤੇ ਫੌਜ ਜੁੱਤੀਆਂ ਸਣੇ ਸ਼੍ਰੀ ਦਰਬਾਰ ਸਾਹਿਬ ਦੀ ਪਰਿਕਰਮਾ ਵਿੱਚ ਭੇਜ ਕੇ ਕਿਹੜੀ ਪਵਿੱਤਰਤਾ ਕਾਇਮ ਕੀਤੀ?